ਅੱਜ ਖਾਲਸਾ ਵਾਹਿਗੁਰੂ ਫਤਿਹ ਪੰਜਾਬੀ ਟ੍ਰਿਬਿਊਨ ਤੇ ਬੇਸਡ ਮਨ ਕੀ ਬਾਤ ਸ਼ੁਰੂ ਹੋਣ ਲੱਗੀ ਏ ਇਹ ਖਬਰ ਕਿਉਂਕਿ ਬ੍ਰੇਕਿੰਗ ਨਿਊਜ਼ ਇਹ ਦੇਣੀ ਜ਼ਰੂਰੀ ਏ ਪਹਿਲਾਂ ਰਾਜਪਾਲ ਵੱਲੋਂ ਹੁਣ PAU ਦੇ ਉਪ ਕੁਲਪਤੀ ਨੂੰ ਹਟਾਉਣ ਦੇ ਹੁਕਮ ਇਹ ਰਾਜਪਾਲ ਕੌਣ ਏ ਬਨਵਾਰੀ ਲਾਲ ਤੇ ਇਹਦਾ ਹੁਣ ਕਾਲ ਨੇੜੇ ਆ ਗਿਆ ਇਹ ਮੋਦੀ ਵੀ ਕੁੱਤਾ ਤੇ ਵੀ ਕੁੱਤਾ ਇਹ ਕੁੱਤੇ ਨੇ ਹੁਣ ਕਾਨੂੰਨ ਨੱਚ ਲੈ ਲਿਆ 3 ਮਹੀਨੇ ਪਹਿਲਾਂ ਇਕ ਬੜੇ ਤਕੜੇ ਸਿੱਖਿਆ ਸ਼ਾਸਤਰੀ ਗੁਰਸਿੱਖ ਲਰਨਡ ਪਰਸਨ ਨੂੰ ਬੜੇ ਲੰਬੇ ਅਰਸੇ ਵੱਲੋਂ PAU ਦਾ ਉਪ ਕੁਲਪਤੀ ਲਾਇਆ ਗਿਆ ਇਹ ਕਹਿੰਦਾ ਉਹਨੂੰ ਹੁਣ ਹਟਾ ਦਿਓ ਤੇ ਇਸ ਗੰਜਨ ਨੇ ਬਾਬਾ ਫਰੀਦ ਯੂਨੀਵਰਸਿਟੀ ਚ ਪੰਗਾ ਲਿਆ ਹੁਣ ਜਿਹੜਾ ਬੰਦਾ ਕਾਨੂੰਨ ਨੱਚ ਲੈ ਲਵੇ ਫਿਰ ਸਾਨੂੰ ਕਾਨੂੰਨ ਨੱਚ ਲੈਣਾ ਹੀ ਪੈਣਾ ਮੈਂ ਸਾਰੇ ਨੇਕ ਦਿਲ ਸਿੱਖਾਂ ਨੂੰ ਹਿੰਦੂਆਂ ਨੂੰ ਜੈਨੀਆਂ ਨੂੰ ਬੋਧੀਆਂ ਨੂੰ ਪਾਰਸੀਆਂ ਨੂੰ ਸਾਈਆਂ ਨੂੰ ਅੰਗਰੇਜ਼ਾਂ ਨੂੰ ਕਹਾਂਗਾ ਜਿੱਥੇ ਰਾਜਪਾਲ ਮੇਲੇ ਨੂੰ ਕੁੱਟ ਕੇ ਇਹਨੂੰ ਹੋਇਆ ਕਰ ਦਿਓ ਤੇ ਇਹਨੂੰ ਕੌਮਾਂ ਚ ਭੇਜ ਦਿਓ ਜਾਨੋ ਨਾ ਮਾਰੋ ਕਿਉਂਕਿ ਕੰਜਰਾਂ ਨੂੰ ਵੀ ਜੀਣ ਦਾ ਹੱਕ ਹੁੰਦਾ ਤੇ ਕਿਉਂਕਿ ਮਗਰੋਂ ਤਾਰ ਸਾਰੀ ਮੋਦੀ ਦੀ ਹਿਲਦੀ ਹੈ ਜਿੱਥੇ ਮੋਦੀ ਮਿਲ ਜਾਏ ਅਮਿਤ ਸ਼ਾਹ ਮਿਲ ਜਾਏ ਰਾਜਨਾਥ ਮਿਲ ਜਾਏ ਅੰਬਾਨੀ ਮਿਲ ਜਾਏ ਖੱਟਰ ਮਿਲ ਜਾਏ ਯੋਗੀ ਮਿਲ ਜਾਏ ਇੰਨਾ ਕੁੱਟੋ ਕਿ ਕਈ ਸਾਲ ਕੌਮਾਂ ਚ ਉੱਠਣ ਨਾ ਤੇ ਉੱਥੇ ਹੀ ਆਪਣੀ ਮੋਤੇ ਆਪ ਮਰ ਜਾਣ ਬੋਲੇ ਜੀ ਸੋਨਿਹਾਲ ਸਤਿ ਸ੍ਰੀ ਅਕਾਲ ਹੁਣ ਜੰਗ ਦਾ ਬਿਗਲ ਵੱਜ ਚੁੱਕਾ ਹੈ ਜਾਨੋ ਨਹੀਂ ਮਾਰਨਾ ਬਾਈ ਕਾਨੂੰਨ ਰਚ ਨਹੀਂ ਲੈਣਾ ਤੇ ਕੁੱਟਣਾ ਸਾਡਾ ਹੱਕ ਬਣਦਾ ਕਿਉਂਕਿ ਕਾਨੂੰਨ ਹੁਣ ਜੈਸੇ ਕੋ ਤੈਸਾ ਉਹਨਾਂ ਨੇ ਕਾਨੂੰਨ ਰਚ ਲਿਆ ਤੇ ਕਾਨੂੰਨ ਦੀਆਂ ਸਾਰੀਆਂ ਅੱਦਾਂ ਚਿੱਕੇ ਟੰਗ ਦੀਆਂ ਕੋਈ ਅਸੀਂ ਬਿਆਨ ਜਾਰੀ ਨਹੀਂ ਕਰਨੇ ਕੋਈ ਧਰਨੇ ਨਹੀਂ ਮਾਰਨੇ ਜੋ ਕਰੇਗਾ ਸੋ ਭਰੇਗਾ ਤੂੰ ਕਿਉਂ ਦੱਸ ਬੋਲੇ ਜੀ ਸੋਨਿਹਾਲ ਸਤਿ ਸ੍ਰੀ ਅਕਾਲ।